कहे तिलो चेना तिलो चेना नम कहे मुखते राम समा मुखते राम समा मुखते राम राम समा मुखते राम समा नमा कहे नमा निरंजन
मुख ते मुख ते राम समा मुख ते राम समा नाम जपो दिन राती
ਤ੍ਰਿਲੋਚਨ ਦਾ ਸਵਾਲ ਸੀ ਨਾਮਾ ਮਾਇਆ ਮੋਇਆ ਕਹੇ ਤ੍ਰਿਲੋਚਨ ਮੀਤ ਕਾਹੇ ਛੀਪੋ ਛਾਇ ਲੈ ਹੈ ਆਰਾਮ ਨਾ ਲਾਵੋ ਚੀਤ ਪਰ ਬਾਬਾ ਤ੍ਰਿਲੋਚਨ ਨੇ ਬਾਬਾ ਨਾਮਦੇਵ ਨੇ ਤ੍ਰਿਲੋਚਨ ਨੂੰ ਮੁਖਾਤਬ ਕਰਕੇ ਅੱਜ ਦੇ ਇਸ ਸਲੋਕ ਰੂਪ ਜਵਾਬ ਵਿੱਚ ਬੜਾ ਭੇਤ ਖੋਲਿਆ ਹੈ। ਕਹਿਣ ਲੱਗੀ ਤ੍ਰਿਲੋਚਨਾ ਸਰੀਰ ਤਨ ਅਤੇ ਮਨ ਵਿੱਚ ਜਿਹੜਾ ਅੰਤਰ ਹੈ ਅਤੇ ਜਿਹੜਾ ਇਹਨਾਂ ਦਾ ਰਿਸ਼ਤਾ ਹੈ ਉਹਨੂੰ ਸਮਝ। ਮਨ ਦੇ ਆਪਣੇ ਕਾਜ਼ ਨੇ, ਤਨ ਦੇ ਆਪਣੇ ਕਾਜ਼ ਨੇ। ਤਨ ਦਾ ਆਪਣਾ ਭੋਜਨ ਹੈ, ਮਨ ਦਾ ਆਪਣਾ ਭੋਜਨ ਹੈ। ਤਨ ਦਾ ਆਪਣਾ ਪਹਿਰਾਵਾ ਹੈ, ਮਨ ਦਾ ਆਪਣਾ ਪਹਿਰਾਵਾ ਹੈ। ਬਹੁਤ ਦੇਰ ਹੋਈ ਗੁਰਬਾਣੀ ਕੀਰਤਨ ਵਿੱਚ ਇੱਕ ਵਾਰ ਗੁਰਬਾਣੀ ਦਾ ਇਹ ਸ਼ਬਦ ਆਇਆ ਸੀ। ਉਹ ਇਹ ਕਿ ਗੁਰੂ ਆਖ ਰਿਹਾ ਹੈ ਹਰ ਨਾਮ ਹਮਾਰਾ ਭੋਜਨ, ਹਰ ਨਾਮ ਹਮਾਰਾ ਭੋਜਨ।
राम को त्रिपत भाई है, नाम मेरा भोजन है। ते मैं अर्ज की थी सी केडी अजीब गल है गुरु, भोजन नहीं सी छकदा। इत्थे मन दे भोजन दी गल हो रही है। ते अगली तुक सी हर नाम हमारा पहनन, पहली तुक सी हर नाम हमारा भोजन, 36 प्रकार, 36 प्रकार दा भोजन है मेरा नाम। जित खाइए हमको त्रिपत भई, मैं रज गया हूं दे नाल, मैनू हुण होर भोजन की लोड़ कोई नहीं। ते अगली लाइन सी हर नाम हमारा जित पहनन, जित फिर नंगे ना होवे, होर पहनन की हमारी शर्द गई। ते मैं अर्ज कीती सी तां फिर की गुरु बस्तर नहीं सी पाउंदा, होर पहनन की हमारी शर्द गई। ਉਹ ਸਾਨੂੰ ਸਮਝਾ ਰਿਹਾ ਹੈ ਮਨ ਦਾ ਭੋਜਨ ਹੋ ਰਿਹਾ ਹੈ, ਤਨ ਦਾ ਹੋ ਰਿਹਾ ਹੈ, ਜਿਹੜਾ ਅਸੀਂ ਖਾਂਦੇ ਹਾਂ ਭੋਜਨ ਛਕਦੇ ਹਾਂ ਉਹ ਤਨ ਦਾ ਹੈ, ਮਨ ਦਾ ਨਹੀਂ। ਜਿਹੜੇ ਵਸਤਰ ਅਸੀਂ ਪਹਿਨਦੇ ਹਾਂ ਉਹ ਤਨ ਦੇ ਨੇ, ਮਨ ਦੇ ਨਹੀਂ। ਮਨ ਤਾਂ ਨੰਗਾ ਹੀ ਫਿਰਦਾ ਹੈ। ਅੱਜ ਬਾਬਾ ਨਾਮਦੇਵ ਜੀ ਦਾ ਇਹ ਸਲੋਕ ਜਿਹੜਾ ਨਾ, ਇਹਨੇ ਬੜਾ ਵੱਡਾ ਭੇਦ ਖੋਲਿਆ। ਕਹਿੰਦੇ ਤ੍ਰਿਲੋਚਨਾ, ਤੂੰ ਤਨ ਤੇ ਮਨ ਦੇ ਭੇਦ ਨੂੰ ਨਹੀਂ ਸਮਝਿਆ। ਹਾਂ, ਇਹਨਾਂ ਦਾ ਆਪਸ ਵਿੱਚ ਰਿਸ਼ਤਾ ਹੈ, ਤਨ ਤੇ ਮਨ ਦਾ ਆਪਸ ਵਿੱਚ ਸੰਬੰਧ ਹੈ, ਪਰ ਹੈਨ ਅਲਹਿਦਾ ਅਲਹਿਦਾ। ਤਨ ਬਾਹਰ ਹੈ, ਮਨ ਅੰਦਰ ਹੈ, ਮਨ ਅੰਦਰ ਹੈ। ਸੰਸਾਰ ਬਾਹਰ ਹੈ, ਨਿਰੰਕਾਰ ਅੰਦਰ ਹੈ। ਦੋਵਾਂ ਵਿੱਚ ਫਰਕ ਹੈ ਨਾ। ਕਹਿਣ ਲੱਗੇ ਇੱਕ ਖਿਆਲ ਕਰੀ, ਇਸੇ ਲਈ ਆਖ ਦਿੱਤਾ ਨੌ ਦੁਆਰੇ ਪ੍ਰਗਟ ਕੀਏ। ਪਿਛਲੇ ਦਿਨ ਚਰਚਾ ਕੀਤੀ ਸੀ, ਉਹ ਬਾਹਰ ਨਾਲ ਸੰਬੰਧ ਰੱਖਦੇ ਨੇ। 10ਵਾਂ ਗੁਪਤ ਸੁਰਤੀ ਮਨ ਅੰਦਰ ਰੱਖ ਲਿਆ। ਤੇ ਮਨੁੱਖ ਨੂੰ ਆਖਿਆ ਚੰਗਾ ਅੰਦਰਲੇ ਘਰ ਤੱਕ ਪੁੱਜ, ਜੇ ਨਹੀਂ ਆਪੇ ਨਾ ਪੁੱਜ ਸਕੇ ਤੇ ਆ ਮੈਂ ਤੁਹਾਨੂੰ ਗੁਰੂ ਦੇ ਰਾਹੀਂ ਦਿਖਾ ਸਕਣਾ। ਨੌ ਦੁਆਰੇ ਪ੍ਰਗਟ ਕੀਏ 10ਵਾਂ ਗੁਪਤ, ਗੁਰੂ ਦੁਆਰੇ ਲਾਏ ਭਾਵਨੇ, ਉੱਥੇ ਵਿਸ਼ਵਾਸ ਕਰ, ਉਹਦੇ ਮਗਰ ਲੱਗ, ਤਾਂ ਫਿਰ ਕੀ ਹੋਵੇਗਾ। ਇੱਕ ਨਾ 10ਵਾਂ ਦੁਆਰ ਦਿਖਾਇਆ, ਅੰਦਰ ਹੈ। ਇਸ ਮਨ ਕੋ ਕੋਈ ਖੋਜੋ ਭਾਈ, ਤਨ ਛੂਟੇ ਮਨ ਕਹਾਂ ਸਮਾਈ। ਕਹਿਣ ਲੱਗੇ ਜੋਗੀ ਜਤੀ ਤੱਪੀ ਜਿੰਨੇ ਸਨ, ਉਹ ਮਨ ਦੇਖਣ ਦੀ ਕੋਸ਼ਿਸ਼ ਵਿੱਚ ਲੱਗੇ ਰਹੇ। ਮਨ ਅੰਦਰ ਸੀ, ਤਨ ਬਾਹਰ ਸੀ, ਤਨ ਦਿਸਦਾ ਸੀ, ਮਨ ਦਿਸਦਾ ਨਹੀਂ ਸੀ। ਪਰ ਬਾਬਾ ਨਾਮਦੇਵ ਜੀ ਦੇ ਕਹਿ ਮੁਤਾਬਕ ਵੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਸਤਿਗੁਰੂ ਨੇ ਵੀ ਵਾਰ ਵਾਰ ਇੱਕ ਗੱਲ ਸਮਝਾਈ ਕਿ ਉਹ ਮਨ ਵਿੱਚ ਰਹਿੰਦਾ, ਜਿੰਨੀ ਦੇਰ ਤੂੰ ਮਨ ਤੱਕ ਪਹੁੰਚ ਨਹੀਂ ਕਰਦਾ ਓਨੀ ਦੇਰ ਮਿਲਾਪ ਨਹੀਂ, ਤੂੰ ਮਨ ਵਿੱਚ ਰਹਿੰਦਾ। ਸ੍ਰੀ ਗੁਰੂ ਨੇ ਵਾਰ ਵਾਰ ਆਖਿਆ ਮਨ ਤੱਕ ਪਹੁੰਚ ਕਰ, ਤਨ ਮੈਂ ਮਨੂੰ। ਅੱਗੇ ਫਿਰ ਆਖਿਆ ਮਨ ਮੈਂ ਸੱਚਾ, ਉਹ ਮਨ ਵਿੱਚ ਰਹਿੰਦਾ। ਤੇ ਮਨ ਤੱਕ ਪਹੁੰਚ ਕਿਵੇਂ ਹੋਵੇ, ਤੂੰ ਮੂੰਹ ਤਾਂ ਰਾਮ ਰਾਮ ਆਖ ਰਿਹਾ, ਤ੍ਰਿਲੋਚਨ ਦਾ ਗੱਲ ਸਮਝ ਲੈ। ਮਨ ਤੇ ਤਨ ਦਾ ਸੰਬੰਧ ਇੰਨਾ ਹੀ ਹੈ ਕਿ ਤਨ ਇੱਕ ਦਰਵਾਜ਼ਾ ਹੈ,
ਡਰ ਹੈ, ਬਾਰ ਹੈ, ਘਰ ਨਹੀਂ, ਦਰਵਾਜ਼ਾ ਘਰ ਨਹੀਂ ਹੁੰਦਾ, ਘਰ ਦਾ ਦਰਵਾਜ਼ਾ ਹੁੰਦਾ। ਪਰ ਜਿਹਨੇ ਵਸਣਾ, ਜਿਹਨੇ ਮਿਲਣਾ, ਉਹਨੇ ਦਰਵਾਜ਼ੇ ਵਿੱਚ ਨਹੀਂ ਖਲੋਣਾ, ਉਹਨੂੰ ਅੰਦਰ ਆਉਣ ਦਾ ਪਹਿਲਾਂ ਸੱਦਾ ਹੋਣਾ ਹੈ, ਅੰਦਰ ਕਿਸੇ ਨੇ ਐਕਸੈਪਟ ਕਰਨਾ। ਕਈ ਲੋਕ ਆਉਂਦੇ ਨੇ, ਦਰਵਾਜ਼ਾ ਖੜਕਾਉਂਦੇ ਨੇ, ਅਸੀਂ ਦਰਵਾਜ਼ਾ ਖੋਲ੍ਹਦੇ ਹਾਂ, ਵੇਖਣੇ ਹਾਂ, ਸਾਡੇ ਮਤਲਬ ਦਾ ਬੰਦਾ ਨਹੀਂ, ਸਾਡਾ ਇਹਦੇ ਨਾਲ ਕੋਈ ਰਿਸ਼ਤਾ ਨਹੀਂ, ਕੋਈ ਅਜਾਣ ਹੈ, ਅਤੇ ਆਖੀਦਾ ਵੀ ਨਹੀਂ, ਇਹ ਘਰ ਤੇਰੇ ਤੂੰ ਭੁਲੇਖੇ ਨਾਲ ਆ ਗਿਆ। ਉਹਨੂੰ ਅਕਸੈਪਟ ਹੀ ਨਹੀਂ ਕਰੀਦਾ। ਹਰ ਇੱਕ ਚੀਜ਼ ਜਿਹੜੀ ਅੰਦਰ ਚਲੀ ਜਾਏ, ਇਹਦਾ ਮਤਲਬ ਉਹ ਆਪਣੀ ਹੈ। ਮਨੁੱਖ ਅੰਦਰ ਲਿਜਾਂਦਾ ਹੀ ਉਸ ਚੀਜ਼ ਨੂੰ ਹੈ, ਮਨ ਵਿੱਚ ਟਿਕਾ, ਕਿਉਂਕਿ ਮਨ ਘਰ ਹੈ। ਮੈਂ ਜਦੋਂ 12 ਮਾਹ ਦਾ ਕੀਰਤਨ ਹੋਇਆ ਹੈ, ਉਹਦੇ ਵਿੱਚ ਮੱਘਰ ਦਾ ਮਹੀਨਾ ਆਇਆ, ਅਤੇ ਮੈਂ ਇੱਕ ਲਫ਼ਜ਼ ਕੈਸਨ, ਕਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੱਘਰ ਦੀ ਸਪੈਲਿੰਗ ਦੇਖੋ, ਉੱਥੇ ਮੱਘਰ ਨਹੀਂ ਲਿਖਿਆ ਹੋਇਆ, ਅਸੀਂ ਮੱਘਰ ਆਖਦੇ ਹਾਂ, ਉੱਥੇ ਮੱਘਰ ਨੇ, ਉੱਥੇ ਹੈ ਮੰਘਰ, ਉੱਥੇ ਬਿੰਦੀ ਹੈ, ਅਤੇ ਬਿੰਦੀ ਨੰਨੇ ਦਾ ਕੰਮ ਦੇ ਰਹੀ ਹੈ। ਮੰਘਰ ਮਨ ਇੱਕ ਘਰ ਹੈ, ਮਨ ਘਰ ਮੈਂ ਸੁਣਦੀਆਂ ਹਰ ਪਿਰ ਸੰਗ ਬੈਠੜੀਆਂ। ਮਨ ਇੱਕ ਘਰ ਹੈ, ਤਨ ਇੱਕ ਦਰਵਾਜ਼ਾ। ਮਨ ਵਿੱਚ ਉਹ ਚੀਜ਼ ਜਾਂਦੀ ਹੈ ਜਿਹਦੇ ਨਾਲ ਸਾਡਾ ਕੋਈ ਸੁਨੇਹ ਹੋਵੇ, ਜਿਹੜੀ ਸਾਨੂੰ ਚੰਗੀ ਲੱਗੇ। ਬਾਹਰਲੇ ਤਨ ਦੇ ਦਰਵਾਜ਼ੇ ਤਾਂ ਤਾਂ ਕਈ ਆਉਂਦੇ ਨੇ, ਚਲੇ ਜਾਂਦੇ ਨੇ, ਅਸੀਂ ਸਾਰਿਆਂ ਨੂੰ ਅੰਦਰ ਥੋੜ੍ਹਾ ਵੜਨ ਦਿੰਦੇ ਹਾਂ। ਮੈਂ ਕਿਸੇ ਵੇਰੀ ਐਗਜ਼ਾਮਪਲ ਦੇਣਾ, ਹੁਣ ਆਪਾਂ ਗੱਡੀ ਚਲਾ ਕੇ ਆਏ ਹਾਂ, ਕਿੰਨੀਆਂ ਕੁ ਗੱਡੀਆਂ ਸਾਡੇ ਅੱਗੋਂ ਲੰਘੀਆਂ ਨੇ, ਅਸੀਂ ਦੇਖੀਆਂ ਨੇ, ਅੱਖਾਂ ਤਾਂ ਦੇਖ ਰਹੀਆਂ ਨੇ, ਕੰਨ ਸੁਣਦੇ ਨੇ, ਅੱਖਾਂ ਦੇਖਦੀਆਂ ਨੇ। ਇਹਨਾਂ ਦਾ ਕੰਮ ਹੈ ਸਿਰਫ ਅੰਦਰੋਂ ਦਰਵਾਜ਼ਾ ਖੜਕਾ ਕੇ ਆਖਣਾ, ਜੀ ਆਹ ਚੀਜ਼ ਆ ਗਈ ਜੀ। ਅਸੀਂ ਮਨ ਘਰ ਵਿੱਚ ਨਹੀਂ ਲਿਜਾਂਦੇ ਉਹਨਾਂ ਨੂੰ, ਦਰਵਾਜ਼ੇ ਹੀ ਮੁੜ ਦਿੰਦੇ ਹਾਂ। ਅਨੇਕਾਂ ਗੱਡੀਆਂ ਅੱਗੋਂ ਲੰਘ, ਜੇ ਅਸੀਂ ਦੇਖਦੇ ਹਾਂ ਤਦ ਹੀ ਉਹਨਾਂ ਤੋਂ ਬਚਾਓ ਕਰਨੇ ਆ ਨਾ, ਐਕਸੀਡੈਂਟ ਨਾ ਹੋ ਜਾਏ, ਇਹਦਾ ਮਤਲਬ ਦੇਖਣੇ ਆ। ਪਰ ਸਾਨੂੰ ਇੱਥੇ ਆ ਕੇ ਕੋਈ ਪੁੱਛੇ ਕਿੰਨੀਆਂ ਗੱਡੀਆਂ ਤੇਰੇ ਅੱਗੋਂ ਲੰਘੀਆਂ ਨੇ, ਦੱਸ ਸਕਣੇ ਆ? ਸਾਡਾ ਉਹਨਾਂ ਨਾਲ ਕੀ ਸੰਬੰਧ ਹੈ? ਲੰਘ ਗਈਆਂ, ਅੱਖਾਂ ਨੇ ਦੇਖ ਲਈਆਂ, ਉਹਨਾਂ ਨੇ ਮਨ ਤੱਕ ਪਹੁੰਚਾ ਦਿੱਤੀਆਂ ਵੀ ਅੱਗੋਂ ਗੱਡੀ ਆ ਰਹੀ, ਇਹ ਮਨ ਨੇ ਮਹਿਸੂਸ ਕਰਨਾ। ਪਰ ਮਨ ਨੇ ਆਖਿਆ ਮੇਰੇ ਮਤਲਬ ਦੀ ਨਹੀਂ, ਸਾਡਾ ਇਹਦੇ ਨਾਲ ਕੋਈ ਸੰਬੰਧ ਨਹੀਂ, ਉਹਨੇ ਅੰਦਰ ਨਹੀਂ ਵੜਨ ਦਿੱਤਾ। ਅੰਦਰ ਜਿਹੜੀ ਚੀਜ਼ ਜਾਂਦੀ ਹੈ ਉਹ ਹੀ ਮਨੁੱਖ ਦੀ ਯਾਦਦਾਸ਼ਤ ਵਿੱਚ ਉਹ ਅੰਦਰ ਟਿਕਦੀ ਹੈ। ਜਿਸ ਚੀਜ਼ ਨਾਲ ਆਪਣਾ ਸੰਬੰਧ ਨਾ ਹੋਵੇ ਉਹ ਚੀਜ਼ ਮਨ ਅੰਦਰ ਆਉਣ ਹੀ ਨਹੀਂ ਦਿੰਦਾ। ਅੱਜ ਸਾਡੀ ਸਭ ਤੋਂ ਵੱਡੀ ਦੁਖਾਂਤ ਵਾਲੀ ਗੱਲ ਕਹੀ, ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਸਭ ਕੁਛ ਆਪਣਾ ਇੱਕ ਰਾਮ ਪਰਾਇਆ, ਬਾਕੀ ਸਭ ਚੀਜ਼ਾਂ ਭੈਣ ਭਰਾ ਪੁੱਤਰ ਕਾਰੋਬਾਰ ਸਾਡੇ ਆਪਣੇ, ਅਕਾਊਂਟ ਸਭ ਕੁਝ ਸਾਡੇ ਆਪਣੇ ਨੇ, ਇਸ ਲਈ ਸਾਡੇ ਅੰਦਰ ਉਹਨਾਂ ਦੇ ਨੰਬਰ ਤੱਕ ਯਾਦ ਨੇ, ਪਰ ਰਾਮ ਸਾਡੇ ਨਾਲ ਸੰਬੰਧ ਨਹੀਂ ਰੱਖਦਾ, ਇਸ ਲਈ ਅੰਦਰ ਕੋਈ ਨਹੀਂ, ਅਸੀਂ ਉਹਨੂੰ ਅੰਦਰ ਹੀ ਨਹੀਂ ਆਉਣ ਦਿੰਦੇ। ਉਹ ਬੇਗਾਨਾ ਹੈ, ਪਰਾਇਆ ਹੈ, ਪਰਾਈਆਂ ਗੱਡੀਆਂ ਲੰਘ ਗਈਆਂ, ਸਾਨੂੰ ਕੀ ਪਤਾ। ਸਾਡੀ ਹਾਲਤ ਅੱਜ ਰੱਬ ਪ੍ਰਤੀ ਹੈ, ਗੁਰੂ ਨੇ ਬਾਣੀ ਵਿੱਚ ਕਹਿ ਦਿੱਤਾ, ਕਹਿਣ ਲੱਗੇ ਸਭ ਕੁਛ ਆਪਣਾ ਇੱਕ ਰਾਮ ਪਰਾਇਆ, ਇਸ ਲਈ ਮੂੰਹ ਦੇ ਦਰਵਾਜ਼ੇ 'ਤੇ ਰਾਮ ਆਇਆ, ਵਾਹਿਗੁਰੂ ਆਇਆ, ਅੰਦਰ ਨਹੀਂ ਗਿਆ, ਕਿਉਂਕਿ ਅੰਦਰ ਅਸੀਂ ਜਾਣ ਹੀ ਨਹੀਂ ਦਿੱਤਾ, ਸਾਡਾ ਇਹਦੇ ਨਾਲ ਸੰਬੰਧ ਕੋਈ ਨਹੀਂ। ਮੂੰਹ 'ਤੇ ਆਉਂਦਾ ਮੂੰਹ, ਗੁਰੂ ਨੇ ਬਾਣੀ ਵਿੱਚ ਐਵੇਂ ਨਹੀਂ ਕਹਿ ਦਿੱਤਾ, ਮੁੱਖੋਂ ਹਰ ਹਰ ਸਭ ਕੋ ਕਹੇ, ਪਰ ਅੰਦਰ ਕਿਹਨੇ ਜਾਣ ਦਿੱਤਾ? ਜਿਹਨੇ ਆਪਣਾ ਸਮਝਿਆ, ਗੁਰਬਾਣੀ ਹੈ, ਮੁੱਖੋਂ ਹਰ ਹਰ ਸਭ ਕੋ ਕਹੇ, ਵਿਰਲੇ ਹਿਰਦੇ ਵਸਾਇਆ, ਨਾਨਕ ਜਿਨ ਕੈ ਹਿਰਦੇ ਵਸਿਆ, ਮੋਖ ਮੁਕਤ ਨਿਭਾਇਆ। ਰਾਮ ਰਾਮ ਸਭ ਕੋ ਕਹੇ, ਕਹੇ ਆਰਾਮ ਨਾ ਹੋਏ, ਗੁਰਪ੍ਰਸਾਦੀ ਰਾਮ ਮਨ ਵਸੇ, ਤਾਂ ਫਲ ਪਾਵੇ ਕੋਏ, ਅੰਦਰ ਜਾਵੇ ਤਾਂ, ਅਤੇ ਅੰਦਰ ਤਾਂ ਜਾਵੇ ਜੇ ਆਪਣਾ ਹੋਵੇ ਤਾਂ। ਵੱਡੀ ਚੀਜ਼ ਤਾਂ ਬਾਬਾ ਨਾਮਦੇਵ ਵੀ ਅੱਜ ਇਹੋ ਗੱਲ ਸਮਝਾ ਰਹੇ ਨੇ,
ਕਹਿੰਦੇ ਨੇ ਤ੍ਰਿਲੋਚਨਾ ਮੁੱਖ ਤੇ ਕਹਿ ਨਾ ਮੁੱਖ ਤੇ ਰਾਮ ਸੰਭਾਲ, ਮੁੱਖ ਤੇ ਆਇਆ ਹੋਇਆ ਰਾਮ ਤੇਰੇ ਅੰਦਰ ਸੰਭਾਲਿਆ ਜਾਏ, ਨਹੀਂ ਤੇ ਅੱਖਾਂ ਦੇ ਸਾਹਮਣੇ ਕਈ ਚੀਜ਼ਾਂ ਆਉਂਦੀਆਂ ਨੇ, ਲੰਘ ਜਾਂਦੀਆਂ ਨੇ, ਸਾਨੂੰ ਨਹੀਂ ਪਤਾ। ਮੁੱਖੋਂ ਅਸੀਂ ਸਾਰਾ ਦਿਨ ਕਿੰਨੀਆਂ ਕੁ ਗੱਲਾਂ ਕਰਨੇ ਆ, ਉਹ ਸਾਰੀਆਂ ਗੱਲਾਂ ਸਾਨੂੰ ਯਾਦ ਵੀ ਨਹੀਂ ਹੁੰਦੀਆਂ। ਜਿਹੜੀ ਗੱਲ ਨਾਲ ਖਾਸ ਸੰਬੰਧ ਹੁੰਦਾ ਨਾ, ਅਸੀਂ ਕਿਸੇ ਥਾਂ 'ਤੇ ਕੋਈ ਬਿਆਨ ਦਿੱਤਾ ਹੋਵੇ, ਉਹ ਕਹਿੰਦੇ ਫਲਾਣੇ ਵੇਲੇ ਅਸੀਂ ਆਹ ਗੱਲ ਆਖੀ ਸੀ। ਕਿਉਂ? ਕਿਉਂ ਉਹ ਆਖੀ ਹੋਈ ਗੱਲ ਸਾਡੇ ਜੀਵਨ ਨਾਲ ਸੰਬੰਧ ਰੱਖਦੀ ਹੈ। ਜਿੰਨੀ ਦੇਰ ਬਾਣੀ ਸਾਡੇ ਜੀਵਨ ਨਾਲ ਸੰਬੰਧਿਤ ਨਹੀਂ ਹੋਵੇਗੀ, ਉਨੀ ਦੇਰ ਅਸੀਂ ਨਿਤਨੇਮ ਰੋਜ਼ ਕਰਾਂਗੇ ਪਰ ਅੰਦਰ ਬਾਣੀ ਨਹੀਂ ਜਾਏਗੀ। ਤੇ ਗੁਰੂ ਆਖਦੇ ਨੇ ਇਹ ਬਾਣੀ ਜੋ ਜੀਓ ਜਾਣੇ ਅੰਦਰ ਜਾਣੀ ਚਾਹੀਦੀ। ਅੰਦਰ ਨਾ ਜਾਣ ਦਾ ਕਾਰਨ ਇਹ ਹੈ ਕਿ ਸਾਡਾ ਸੁਨੇਹ ਨਹੀਂ ਬਣਿਆ। ਜਿਸ ਚੀਜ਼ ਨੂੰ ਅਸੀਂ ਆਪਣੀ ਸਮਝਾਂਗੇ, ਜਿਸ ਦਾ ਜੀਵਨ ਨਾਲ ਸੰਬੰਧ ਹੋ ਜਾਏਗਾ, ਉਹ ਆਪਣੀ ਹੋ ਜਾਏਗੀ ਅਤੇ ਉਹ ਅੰਦਰ ਵੀ ਜਾਏਗੀ, ਅਤੇ ਜਿਹੜੀ ਚੀਜ਼ ਅੰਦਰ ਜਾਏਗੀ ਉਹੋ ਹੀ ਘਰ ਵਿੱਚ ਵਸੇਗੀ, ਬਾਕੀ ਤਦਰੇ ਵਜੋਂ ਮੁੜ ਗਈ। ਨੌ ਦੁਆਰੇ ਪ੍ਰਗਟ ਕੀਏ ਆਇਆ, ਦਰਵਾਜ਼ਿਓਂ ਚਲਾ ਗਿਆ। ਵਸਨੀ ਸੰਭਾਲੀ ਉਹ ਚੀਜ਼ ਜਾਣੀ ਹੈ ਜਿਹੜੀ ਘਰ ਦੇ ਅੰਦਰ ਆ ਜਾਏ। ਅਤੇ ਬਾਬਾ ਨਾਮਦੇਵ ਜੀ ਨੇ ਬੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗੇ ਤ੍ਰਿਲੋਚਨਾ ਤੂੰ ਮੈਨੂੰ ਕਹਿੰਦਾ ਹੈ, ਇਹਨੇ ਮੂੰਹ ਤੋਂ ਰਾਮ ਨਹੀਂ ਆਖਦਾ, ਇਹ ਗੱਲਾਂ ਕਰਦਾ, ਕੰਮ ਕਰਦਾ, ਵਿਹਾਰ ਕਰਦਾ ਨਹੀਂ। ਮੁੱਖ 'ਤੇ ਰਾਮ ਸੰਭਾਲ, ਮੁੱਖ 'ਤੇ ਆਇਆ ਹੋਇਆ ਰਾਮ ਜਿਹੜਾ ਹੈ ਉਹਨੂੰ ਚਿੱਤ ਵਿੱਚ ਸੰਭਾਲ ਲੈ, ਅਤੇ ਜਿਹੜੀ ਚੀਜ਼ ਘਰ ਦੇ ਅੰਦਰ ਆ ਜਾਏ ਹਮੇਸ਼ਾ ਲਈ ਆਪਣੀ, ਉਹਦਾ ਤੁਹਾਡਾ ਸੰਬੰਧ ਪੱਕਾ ਜੁੜ ਗਿਆ। ਜੇ ਭਰਾ ਘਰ ਵਿੱਚ ਬੈਠਾ ਹੈ ਤਾਂ ਫਿਰ ਇਹ ਤਾਂ ਨਹੀਂ ਆ ਸਕਦਾ, ਜੇ ਫਲਾਣੇ ਵੇਲੇ ਆਵੇਗਾ, ਘਰ ਬੈਠਾ ਜਦੋਂ ਮਰਜ਼ੀ ਮਿਲ ਲਓ। ਜਿਹੜਾ ਰਾਮ ਅੰਦਰ ਬੈਠਾ ਹੈ ਉਹ ਵਿਛੜਿਆ ਹੋਇਆ ਨਹੀਂ, ਇਸੇ ਲਈ ਆਖ ਦਿੱਤਾ, ਕਹਿਣ ਲੱਗੇ ਰਾਂਗਣ ਰਾਂਗੋਂ ਸੀਵਨ ਸੀਵੋ, ਤੂੰ ਮੈਨੂੰ ਕਹਿੰਦਾ ਹੈ ਰੰਗਦਾ ਹੈ, ਕੱਪੜੇ ਸਿਉਂਦਾ ਹੈ, ਕੱਪੜੇ ਰੰਗਦਾ ਹੈ, ਖੋਰੇ ਰੱਬ ਨਾਲੋਂ ਵਿਛੜਿਆ ਹੋਇਆ ਹੈ, ਤੂੰ ਇਹੋ ਆਖਿਆ ਨਾ ਤ੍ਰਿਲੋਚਨ, ਜਿਵੇਂ ਪਹਿਲਾ ਸਲੋਕ ਆ ਚੁੱਕਾ ਕਿ ਨਾਮਾ ਮਾਇਆ ਮੋਹਿਆ ਕਹੇ ਤਿਲੋ ਕਾਹੇ ਛਿਪੋ ਛਾਏ ਲੈ ਆਰਾਮ ਨਾਲ ਲੈ ਵੋ ਚੀਤ, ਆਰਾਮ ਨਾਲ ਨਹੀਂ ਜੁੜਿਆ, ਕਿਉਂ ਕੱਪੜੇ ਪਿਆ ਛਿੰਬਣਾ, ਕਿਉਂ ਕੱਪੜੇ ਪਿਆ ਸੀਨਾ, ਉਹ ਭਲਿਆ ਰਾਮ ਮੇਰੇ ਕੋਲ ਅੰਦਰ ਵਸਿਆ ਹੋਇਆ, ਮੈਂ ਉਹ ਬਾਹਰੋਂ ਨਹੀਂ ਲਿਆਉਣਾ, ਇਹ ਫਰਕ ਹੈ। ਅਤੇ ਬਾਹਰੋਂ ਉਹ ਚੀਜ਼ ਆਉਂਦੀ ਨੂੰ ਫਿਰ ਤੁਹਾਡੀ ਮਰਜ਼ੀ ਹੈ, ਅਸੈਪਟ ਕਰੋ ਨਾ ਕਰੋ, ਜਿਹੜੀ ਚੀਜ਼ ਅੰਦਰ ਵਸ ਜਾਏ ਉਹ ਹਮੇਸ਼ਾ ਤੁਹਾਡੀ ਹੈ। ਰਾਮ ਵੀ ਉਦੋਂ ਤੁਹਾਡਾ ਹੈ ਜਦੋਂ ਉਹ ਅੰਦਰ ਵਸ ਜਾਏ, ਜਦੋਂ ਜ਼ਬਾਨ 'ਤੇ ਆਵੇ ਦਿਨ ਰਾਤ ਅਸੀਂ ਵਾਹਿਗੁਰੂ ਰਾਮ ਰਾਮ ਕਹੀ ਜਾਈਏ। ਗੁਰੂ ਨੇ ਐਵੇਂ ਨਹੀਂ ਫੈਸਲਾ ਦਿੱਤਾ ਹੁਣੇ ਤੋਂ ਕਾਈ ਸੀ, ਰਾਮ ਰਾਮ ਸਭ ਕੋ ਕਹੇ, ਕਹਿਆ ਰਾਮ ਨਾ ਹੋਏ ਗੁਰਪ੍ਰਸਾਦੀ ਰਾਮ ਮਨ ਵਸੇ ਅੰਦਰ ਵਸੇ। ਅਤੇ ਇਹੋ ਗੱਲ ਅੱਜ ਜਵਾਬ ਵਿੱਚ ਬਾਬਾ ਨਾਮਦੇਵ ਜੀ ਨੇ ਤ੍ਰਿਲੋਚਨ ਨੂੰ ਸਮਝਾਈ ਭਰਿਆ, ਬੇਸ਼ੱਕ ਹੱਥਾਂ ਪੈਰਾਂ ਨਾਲ ਕੰਮ ਕਰ, ਬਾਹਰ ਦਾ ਸੰਬੰਧ ਅੰਦਰ ਨਾਲ ਨਹੀਂ, ਤੂੰ ਅੰਦਰ ਜਦੋਂ ਝਾਕ ਮਾਰੇ, ਜਦੋਂ ਅੰਦਰ ਜੁੜੇ ਰੱਬ ਤੇਰੇ ਰਾਮ ਤੇਰੇ ਅੰਦਰ ਵਸਣਾ ਹੋਵੇ, ਉਸ ਚਿੱਤ ਵਿੱਚ ਰਾਮ ਨੂੰ ਵਸਾ ਲੈ। ਇਹੋ ਗੱਲ ਬਾਬਾ ਨਾਮਦੇਵ ਜੀ ਨੇ ਆਖੀ, ਕਹਿਣ ਲੱਗੇ ਨਾਮਾ ਰਾਮ
ਮੁੱਖ ਤੋਂ ਆਰਾਮ ਨੂੰ ਅੰਦਰ ਸੰਭਾਲ ਲੈ, ਅੰਦਰ ਲੈ ਆ, ਚਿੱਤ ਵਿੱਚ ਵਸਾ ਲੈ, ਫਿਰ ਤੈਨੂੰ ਵਾਰ ਵਾਰ ਦਰਵਾਜ਼ਾ ਖੋਲ੍ਹ ਕੇ ਰਾਮ ਨੂੰ ਉਡੀਕਣਾ ਨਹੀਂ ਪਏਗਾ, ਆਵਾਜ਼ਾਂ ਨਹੀਂ ਮਾਰਨੀਆਂ ਪੈਣਗੀਆਂ। ਮੁੱਖ ਤੇ ਰਾਮ ਸਮਾ, ਹੱਥ ਪਾ ਕਰ ਸਭ ਹੱਥ ਪਾ ਸਭ ਚਿਤ ਨਿਰੰਜਨ ਨਾ, ਚਿਤ ਨਿਰੰਜਨ ਨਾ, ਦਰਵਾਜ਼ੇ 'ਤੇ ਆਇਆ ਹੋਇਆ ਰਾਮ ਵਾਪਸ ਨਾ ਮੁੜਨ ਦੇ, ਅੰਦਰ ਸੰਭਾਲ ਲੈ ਹੈ, ਅਤੇ ਅੰਦਰ ਸੰਭਾਲਣਾ ਕੀ ਹੈ, ਤੇਰੇ ਚਿੱਤ ਵਿੱਚ ਨਿਰੰਜਨ ਟੁੱਕ ਟਿਕ ਜਾਏ, ਉਹਦਾ ਸੰਬੰਧ ਤੇਰੇ ਨਾਲ ਜੁੜ ਜਾਏ, ਜਿਵੇਂ ਅਸੀਂ ਹਰ ਇੱਕ ਉਸ ਨੂੰ ਅੰਦਰ ਆਉਣ ਦਿੰਦੇ ਹਾਂ ਜਿਹਦੇ ਨਾਲ ਸੰਬੰਧ ਹੋਵੇ। ਜਿਸ ਦਿਨ ਸਾਡਾ ਗੁਰਬਾਣੀ ਨਾਲ ਸੰਬੰਧ ਜੁੜ ਜਾਏ, ਜਿਸ ਦਿਨ ਸਾਡਾ ਰਾਮ ਨਾਲ ਸੰਬੰਧ ਜੁੜ ਜਾਏ, ਫਿਰ ਉਹ ਕੇਵਲ ਮੂੰਹ ਤੋਂ ਵਾਪਸ ਨਹੀਂ ਮੁੜੇਗਾ। ਹੁਣ ਰੋਜ਼ ਨਿਤਨੇਮ ਹੋ ਰਹੇ ਨੇ, ਗੁਰਦੁਆਰਿਆਂ ਵਿੱਚ ਰਹਿਣ ਸਵਾਈਆਂ ਹੋ ਰਹੀਆਂ ਨੇ, ਪਰ ਮੂੰਹੋਂ ਮੂੰਹ ਹੋ ਰਹੀਆਂ ਨੇ, ਮੂੰਹ ਤੋਂ ਮੁੜ ਜਾਂਦਾ ਹੈ। ਹਿਰਦੇ ਵਿੱਚ ਟਿਕਾ, ਅੰਦਰ ਵੱਸ ਜਾਏ, ਤਾਂ ਕਿ ਤੈਨੂੰ ਮੁੜ ਮੁੜ ਦਰਵਾਜ਼ਾ ਨਾ ਖੋਲ੍ਹਣਾ ਪਵੇ। ਅੰਦਰ ਝਾਤ ਮਾਰੇ, ਤੈਨੂੰ ਸਾਰਾ ਉਸਦਾ ਰੂਪ, ਸਾਰਾ ਉਹਦਾ ਸਿਧਾਂਤ, ਸਾਰਾ ਉਹਦਾ ਦੱਸਿਆ ਹੋਇਆ ਜੀਵਨ ਲਈ ਰਸਤਾ ਤੈਨੂੰ ਅੰਦਰੋਂ ਮਿਲ ਜਾਏ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੱਖਾਂ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।